ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੇ ਆਪਾਂ ਫਿਰ ਇੱਕ ਵਲੌਗ ਲੈ ਕੇ ਆਏ ਆ ਤੁਹਾਡੇ ਲਈ, ਤੇ ਜਿੱਦਾਂ ਕਿ ਤੁਸੀਂ ਕੱਲ ਦਾ ਵਲੌਗ ਵੇਖਿਆ ਹੋਣਾ ਵਾ, ਤਾਂ ਉਹਦੇ ਵਿੱਚ ਜਿੱਦਾਂ ਕਿ ਸਾਫ ਸਫਾਈ ਚੱਲਦੀ ਆ, ਤੇ ਪੂਰਾ ਵਲੌਗ ਮੈਂ ਤਾਂ ਨਹੀਂ ਬਣਾ ਪਾਇਆ ਕਿਉਂਕਿ ਮੈਂ ਕੰਮ ਤੇ ਜਾਣਾ ਸੀ, ਛੁੱਟੀ ਮੈਨੂੰ ਮਿਲੀ ਨਹੀਂ ਕੰਮ ਤੋਂ। ਤੇ ਫਿਰ ਅੱਜ ਛੁੱਟੀ ਆ, ਅੱਜ ਤੁਹਾਨੂੰ ਦਿਖਾਊਂਗਾ ਇੱਕਦਮ ਟਾਕੀਆਂ ਤੁਕੀਆਂ ਚਮਕਾ ਦਿੱਤੀਆਂ। ਗੈਰੇਜ ਤਾਂ ਤੁਸੀਂ ਹੋਪ ਦੇਖ ਹੀ ਲਿਆ ਹੋਣਾ ਵਾ, ਇੱਕਦਮ ਹੋ ਗਿਆ ਕੰਪਲੀਟ। ਜਿੱਦਾਂ ਗੈਰੇਜ ਵਿੱਚ ਆਪਾਂ ਇੱਕ ਵਾਸ਼ ਬੇਸ਼ਨ ਲੈ ਕੇ ਆਉਣਾ ਵਾ, ਉਹ ਵੀ ਵੇਖਣ ਜਾਣਾ ਵਾ, ਜੇ ਵਧੀਆ ਮਿਲ ਗਿਆ ਤੇ ਆਪਾਂ ਫਿਰ ਉਹ ਵੀ ਲੈ ਕੇ ਆਵਾਂਗੇ। ਤੇ ਪਲੰਬਰ ਨੂੰ ਪਹਿਲਾਂ ਫੋਟੋਆਂ ਭੇਜਾਂਗੇ, ਜੇ ਉੱਥੇ ਲੱਗ ਸਕਦਾ ਨਹੀਂ ਲੱਗ ਸਕਦਾ ਜਿਹੜਾ ਅਸੀਂ ਵੇਖਿਆ ਹੋਇਆ ਨਾ। ਬਾਕੀ ਫਿਰ ਤੁਸੀਂ ਸਾਰਾ ਵਲੌਗ 'ਚ ਹੁਣ ਦੇਖਿਓ ਨਾ। ਚਲੋ ਜੀ ਚਲੀਏ ਮਹਾਰਾਣੀ। ਅੱਖਾਂ ਜਿਹੀਆਂ ਹਰੀਆਂ ਹਰੀਆਂ। ਚਲੀਏ ਹੁਣ ਨਵੇਂ ਘਰ ਨੂੰ, ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਹਾਂ। ਮੌਸਮ ਅੱਜ ਬਹੁਤ ਸੋਹਣਾ ਵਾ, ਉਹ ਦੇਖੋ ਕੱਲ ਮੀਂਹ ਪੈ ਗਿਆ ਤਾਂ ਠੰਡਾ ਹੋ ਗਿਆ। ਪਹੁੰਚ ਗਏ ਘਰ ਤੇ ਚਾਬੀਆਂ ਰਹੀਆਂ ਘੜੀ ਮੈਨੂੰ ਮਾਰੀ ਚੱਲਿਆ। ਬਾਕੀ ਥੋੜ੍ਹਾ ਬਹੁਤ ਉਹਨਾਂ ਨੇ ਖਾਣਾ ਸਮਾਨ ਲੈ ਲਿਆ, ਵਿਚਾਰੇ ਮੇਰੇ 7 ਵਜੇ ਲੱਗੇ ਆ, ਕੁਛ ਨਹੀਂ ਹੁੰਦਾ। ਇੱਥੇ ਦੇ ਜਿਹੜੇ ਬਾਕੀ ਇੱਥੇ ਦੇ ਲੋਕ ਆ ਨਾ, ਉਹ ਨਹੀਂ ਇੰਨਾ ਪੁੱਛਦੇ ਹੈਗੇ, ਉਹਨਾਂ ਨੂੰ ਬਸ ਇਹਨਾਂ ਨੂੰ ਪਤਾ ਵਾ ਕਿ ਉਪਰਾਈ ਹੋ ਆ ਕੰਮ ਵਾਲੇ ਆ, ਬਸ ਇਹਨਾਂ ਨੂੰ ਉੱਦਾਂ ਦਾ ਰੱਖੋ ਹੈ ਨਾ। ਪਰ ਆਪਾਂ ਥੋੜ੍ਹੇ ਕਿਹਾ ਹੈਗੇ, ਤੁਹਾਨੂੰ ਪਤਾ ਪੰਜਾਬੀ ਦਾ ਸੁਭਾਅ ਹੋਰ ਵੱਖਰਾ ਹੀ ਹੁੰਦਾ ਨਾ। ਮੈਂ ਕੋਈ ਨਹੀਂ, ਬਾਕੀ ਕੌਫੀ ਕੂਫੀ ਅਤੇ ਕੁਛ ਖਾਣ ਦਾ ਸਮਾਨ ਉਹਨਾਂ ਨੇ ਲਿਆ ਗਿਆ। ਕੰਮ ਹੋ ਗਿਆ ਇੱਕ ਨੰਬਰ, ਸਭ ਪਟਾਕੇ ਪੁਟਕੇ ਉਹਨਾਂ ਨੇ ਸਾਫ ਕਰਤੀਆਂ। ਆਹ ਦੇਖੋ ਆਹ ਵੀ ਸਾਫ ਆ ਇੱਕਦਮ, ਹੁਣ ਪਹਿਲੇ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਸੀ, ਲੈ ਹੱਥ ਕਰਾਤੀ ਇਹਨਾਂ ਨੇ, ਮਾੜਾ ਕਿਆ ਨੁਕਸਾਨ ਕਰਤਾ। ਉੱਥੋਂ ਸੀਮਟ ਜਿਹਾ ਭੁਰ ਗਿਆ ਕਿਉਂਕਿ ਜਦੋਂ ਖੁੱਲ੍ਹੇ ਲੱਗਾ ਸੀ ਨਾ ਬਖਤਾ ਜਿਹਾ, ਕਹਿੰਦਾ ਵੀ ਤੁਸੀਂ ਤੱਕ ਕਰੇ ਜਾਂ ਹੋ ਗਿਆ ਨਾ ਪੱਟ ਹੋ ਗਿਆ। ਅਤੇ ਮੈਂ ਚੱਲ ਕੋਈ ਨਹੀਂ ਕਰਾ ਲਾਂਗੇ ਹੈ ਨਾ, ਤਾਂ ਮਿਸਤਰੀ ਨੂੰ ਫੋਨ ਕਰ ਲਾਂਗੇ, ਛੋਟੇ ਮੋਟੇ ਘਾਟੇ ਵੱਧਦੇ ਚੱਲਦੇ ਰਹਿੰਦੇ ਆ। ਅਤੇ ਆਹ ਵੀ ਤੱਕ ਹੀ ਹੋ ਗਿਆ ਕੰਪਲੀਟ, ਮਤਲਬ ਆਹ ਪੂਰਾ ਹੀ ਹੋ ਗਿਆ ਕਮਰਾ। ਅਤੇ ਇੱਧਰ ਆਹ ਵੀ ਹੋ ਗਿਆ ਵਾ ਹੀਟਰ, ਅਤੇ ਥੱਲੇ ਉਹ ਸਾਫ਼ ਸੂਫ ਕਰਨਾ, ਉਹ ਕਹਿੰਦੇ ਅਸੀਂ ਐਂਡ ਜੇ ਕਟਾਂਗੇ। ਅਤੇ ਬਾਕੀ ਇੱਧਰ ਮਲਿਸਾ ਦੇ ਕਮਰੇ 'ਚ ਹੋ ਰਿਹਾ ਤਿਆਰੀਆਂ ਸਾਫ਼ ਸਫਾਈ। ਬਾਕੀ ਤੁਹਾਨੂੰ ਦਿਖਾਉਂਦਾ ਵਾ ਬਾਥਰੂਮ, ਚਮਕਾਤੀਆਂ ਟਾਈਲਾਂ ਦੇਖੋ, ਲਸ਼ਕੌਰ ਕਿੰਨੀ ਪੈਂਦੀ ਆ। ਆਹ ਵੀ ਹੋ ਗਿਆ, ਹੋਏ 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 ਹੋਏ, ਇਹ ਬਾਹਲੀ ਗੰਦੀ ਲੱਗਦੀ ਹੁੰਦੀ ਸੀ, ਹੁਣ ਤਾਂ ਪਾਵਾਂ ਇਹਦੇ ਵਿੱਚ ਆਰ ਪਾਰ, ਦੇਖ ਕਿੰਨਾ ਵਧੀਆ ਵਿਊ ਆਉਂਦਾ ਬਾਹਰ। ਆਹ ਵੀ ਸਾਫ਼ ਹੋ ਗਿਆ ਟਾਈਲਾਂ ਟੂਲਾਂ, ਬਾਕੀ ਬੰਦਾ ਜਦੋਂ ਆਪ ਅੰਦਰ ਆਉਂਦਾ ਬਾਅਦ 'ਚੋਂ ਆਪ ਬੰਦਾ ਸਾਫ਼ ਸਫਾਈ ਕਰ ਲੈਂਦਾ ਨਾ। ਬਾਕੀ ਮੈਂ ਥੰਬਨੇਲ ਵਾਸਤੇ ਫੋਟੋ ਫੋਟੋ ਲੈ ਲਵਾਂ ਹੈ ਨਾ। ਲੱਗਦਾ ਰਸੋਈ ਦੀ ਇਹਨਾਂ ਨੇ ਅੱਗੇ ਕਰਨੇ ਆ ਸਾਫ਼ ਸਫਾਈ। ਉਹ ਦੇਖੋ ਕਿੰਨਾ ਗੰਦਾ ਉਹਦੇ ਅੰਦਰ, ਬਾਕੀ ਇੱਕ ਚੀਜ਼ ਹੋਰ ਦਿਖਾਉਣੀ ਉਹਦੇ 'ਚ। ਕਿਉਂਕਿ ਇਹਨਾਂ ਨੇ ਹਲਿਆ ਵੀ ਇੱਧਰ ਬਾਹਰ ਵੀ ਸਾਫ਼ ਕਰਨਾ ਵਾ। ਅਤੇ ਇੱਥੇ ਉਹ ਲੱਗੀ ਹੋਈ ਆ ਕੀ ਮਧੋੜੀਆਂ ਕਹਿੰਦੇ ਹੁੰਦੇ ਆ, ਆਹੋ ਇਹ ਹੁਣ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਹਿੰਦੇ ਆ। ਮੈਂ ਇੰਡੀਆ ਦਾ ਸੀ, ਆਪ ਹੀ ਉੱਥੇ ਮੈਂ ਗਿਆ, ਇਹਨਾਂ ਨੂੰ ਕਹਾਂਗੇ ਆਪ ਹੀ ਅਸੀਂ ਹੱਥ ਉੱਥੇ ਮਾਰ ਕੇ ਲੜਾ ਲੜੂ ਕੇ ਮੂੰਹ 'ਤੇ ਆਪ ਹੀ ਸਾਫ਼ ਕਰ ਲਈਦੀਆਂ ਵਾ। ਅਤੇ ਕਹਿੰਦੇ ਇੱਥੇ ਫਿਰ ਸੱਦਣਾ ਪੈਂਦਾ ਹੁੰਦਾ ਉਹਨਾਂ ਨੂੰ। ਬਾਕੀ ਬਾਹਰਲਾ ਵਿਊ ਦੇਖੋ ਇਹਨਾਂ ਖਰਾ ਵਾ, ਜਦੋਂ ਸਾਰਾ ਸਾਫ਼ ਹੋ ਜਾਣਾ ਨਾ ਤਾਂ ਇੱਕਦਮ ਅੱਤ ਹੋ ਜਾਣਾ। ਬਾਕੀ ਅੱਜ ਏਸੀਆ ਦੀ ਕੰਮ ਆਪਾਂ ਪੱਕਾ ਕਰ ਜਾਣਾ ਵਾ। ਅਤੇ ਆਹ ਦੇਖੋ ਕਿੱਦਾਂ ਦੇ ਲੱਗਦੇ ਆ ਨਾ ਸਾਰੇ, ਇੱਕਦਮ ਨਿਖਰ ਜਾਣੇ ਆ। ਆਹ ਦੇਖੋ ਜਿੱਦਾਂ ਵਾ, ਇੱਥੇ ਮੈਂ ਉਹਨੂੰ ਕਹੂੰਗਾ ਇੱਥੇ ਕੋਈ ਪੋਲਿਸ਼ ਪੁਲਿਸ਼ ਬਾਹਰ ਨੂੰ ਹੋਵੇ ਨਾ, ਪੋਲਿਸ਼ ਮਾਰਾਂਗਾ ਲਿਆ ਕੇ। ਸੀਸੀ ਇੰਨੇ ਚਿੱਟੇ ਦਿਖਦਾ ਵੀ ਨਹੀਂ ਹੈਗਾ, ਦਰਵਾਜ਼ਾ ਬੰਦ ਹੈ ਖੁੱਲ੍ਹਾ ਵੱਜਾ ਮੈਂ। ਮੈਂ ਕਿਹਾ ਹੁਣ ਮੈਂ ਵੀ ਖਾ ਪੀ ਲਵਾਂ। ਅਤੇ ਬਾਕੀ ਜਿਹੜੀ ਇੱਥੇ ਲਾਈਟ ਆ ਨਾ, ਉਹਨਾਂ ਕਹਿੰਦੇ ਚੇਂਜ ਕਰਨੀ ਆ, ਅਤੇ ਮੈਂ ਹੁਣ ਉਹਦੇ ਦੇਖਣ ਚੱਲਾਂ ਵਾ ਕਿ ਕਰ ਸਕਦਾ ਜਾਂ ਨਹੀਂ ਕਰ ਸਕਦਾ।
ਵੈਸੇ ਤਾਂ ਹੋ ਹੀ ਜਾਣੀ ਆ ਇੱਥੇ ਵਾਸਤੇ ਆਪਾਂ ਕੋਈ ਵਧੀਆ ਹੀ ਮੰਗਾ ਲਾਂਗੇ ਬਾਕੀ ਜਿਹੜੀਆਂ ਥੱਲੇ ਵਾਲੀਆਂ ਉਹ ਨਹੀਂ ਚੇਂਜ ਕਰਨੀ ਆਪਾਂ ਉਹਨੂੰ ਧੋ ਲੈਣਾ ਵਾ ਕਿਉਂਕਿ ਉਹ ਫਿਰ ਸਾਰਿਆਂ ਦੀ ਉਹ ਸੇਮ ਆ ਨਾ ਇੱਧਰਲੇ ਏਰੀਆ ਆਪਣਾ ਆ ਜਾਂਦਾ ਪੂਰਾ ਜਿਹੜੀ ਇੱਥੇ ਲੱਗੀ ਹੋਈ ਆ ਇਹ ਨਹੀਂ ਚੇਂਜ ਕਰਨੀ ਇਹ ਸਾਰਿਆਂ ਦੀ ਸੇਮ ਹੋਣੀ ਚਾਹੀਦੀ ਆ ਤਾਂ ਬਾਕੀ ਇਹਨੂੰ ਆਪਾਂ ਸਾਫ਼ ਸੂਫ ਕਰਕੇ ਆਪਾਂ ਗੈਰੇਜ 'ਚ ਲਾ ਲੈਣਾ ਬਾਕੀ ਹੁਣ ਤੁਹਾਨੂੰ ਮੈਂ ਗੈਰੇਜ 'ਚ ਲੈ ਕੇ ਜਾਂਦਾ ਖਾ ਪੀ ਲਵਾਂ ਪਹਿਲਾਂ ਉਹਨਾਂ ਨੂੰ ਫਿਰ ਆਪ ਇੱਦਾਂ ਕੰਮ ਕਰਾਈਦਾ ਹੁੰਦਾ ਕਿਉਂਕਿ ਪਹਿਲਾਂ ਉਹਨਾਂ ਨੂੰ ਪੁੱਛੋ ਬਾਅਦ 'ਚ ਆਪ ਖਾਓ ਬਾਕੀ ਉਹ ਵੀ ਖੋਲ ਟੰਗ ਲਿਆ ਨੇ ਆਹ ਵੀ ਸਾਫ਼ ਸੂਫ ਕਰਨਾ ਇਹ ਅਸੀਂ ਆਪਣੀ ਸਾਈਡ 'ਤੇ ਕਰਾਉਣਾ ਸਿਰਫ ਬਾਕੀ ਵਾਲਾ ਨਹੀਂ ਕਰਾਉਣਾ ਹੈਗਾ ਬਾਕੀ ਦਾ ਟੇਕਾ ਲਿਆ ਆਪਾਂ ਇਹਦੇ ਵਿੱਚੋਂ ਆਪਾਂ ਸਮਾਨ ਲੋਡ ਕਰਕੇ ਲੈ ਜਾਣਾ ਥੋੜ੍ਹਾ ਚਾਬੀ ਇੱਥੇ ਨੂੰ ਕਰ ਲੈਣਾ ਗੈਰੇਜ ਤਾਂ ਚੱਲ ਬੰਦੇ ਰਹਿਣ ਦਿੰਦੇ ਹਾਂ ਇਹ ਸਾਰਾ ਸਮਾਨ ਸੁੱਟ ਕੇ ਆਉਣਾ ਜਿੱਥੇ ਰਿਫਿਊਜ਼ੀ ਸੁੱਟੀ ਦੀ ਆ ਪਲਾਹ ਲੈ ਜਾਣੀ ਆ ਟੈਲਾ ਟੁੱਲਾ ਤੁਹਾਨੂੰ ਪੁੱਛ ਲਾਂਗੇ ਨਾ ਕਿ ਟੈਲਾ ਵੀ ਉਹ ਵੀ ਸੁੱਟ ਸਕਦੇ ਆ ਜਾਂ ਨਹੀਂ ਅਤੇ ਆਹ ਲੋਡ ਕਰਨੇ ਆ ਹੁਣ ਮੈਂ ਗੁਆਂਤੀ ਗੁਆਂਤੀ ਥੱਲੋਂ ਚੱਕ ਕੇ ਲੈ ਕੇ ਆਉਂਦਾ ਤਾਂ ਵੀ ਚੱਕਦਾ ਯਾਰ ਚ ਜਾਣਾ ਹੀ ਪੈਣਾ ਓ ਨੋ ਲਾਉਂਦੇ ਵੀ ਤੁੱਕਾ ਲੈਦੇ ਸੱਚਾ ਵੀ ਸੁੱਟ ਕੇ ਆਉਣਾ ਪੂਰੇ ਕੁਛ ਤੋਂ ਭਾਈ ਫੋਤ ਕੌਣ ਚੱਲ ਰਿਹਾ ਤੂੰ ਗੁਆਂਤੀਆਂ ਪੰਜ ਛੱਕ ਕੇ ਲਾਉਣੀਆਂ ਇਹ ਵਾਲੀਆਂ ਅਤੇ ਬਾਕੀ ਫੋਟੋ ਫੋਟੋ ਖਿੱਚ ਲਈਏ ਆਪਾਂ ਇੱਥੇ ਦੇ ਵੀ ਫੋਨ ਫੜਨੀ ਹੋਣਾ ਹੁਣ ਸਮਾਨ ਚੱਕਣਾ ਵਾ ਬਾਕੀ ਵੀਡੀਓ ਫਿਰ ਬਾਅਦ ਵਿੱਚ ਨਾ ਹੁਣ ਸਮਾਨ ਲੋਡ ਕਰ ਲਈਏ ਗੱਡੀ 'ਚ ਕਰਦੀਆਂ ਪੇਂਟ ਦੀਆਂ ਬਾਲਟੀਆਂ ਲੋਡ ਬਾਕੀ ਸਮਾਨ ਬਾਅਦ 'ਚੋਂ ਚੱਕ ਕੇ ਲੈ ਕੇ ਜਾਂਦੇ ਹਾਂ ਕਰਦੀ ਹੈ ਬੰਦ ਕਵਰ ਵਿਛਾ ਰਿਹਾ ਸੀ ਮੈਂ ਕਿਤੇ ਹੋਰ ਨਾ ਯੋਕਾ ਜਿਹਾ ਲੱਗੇ ਅਤੇ ਪੇਂਟ ਪੁੰਡ ਡੁੱਲ ਜਾਵੇ ਤਾਂ ਹੀ ਮੈਂ ਪਿੱਛੇ ਬੈਠਾ ਮੈਂ ਕਿਹਾ ਫੜ ਕੇ ਬੈਠਦਾ ਜਾਊਂਗਾ ਜੇ ਕਿਤੇ ਕੁਛ ਕਾਂਡ ਹੋਣ ਲੱਗਾ ਹੋਵੇ ਤਾਂ ਬਾਕੀ ਇਹਨੂੰ ਕਿਹਾ ਹੌਲੀ ਹੌਲੀ ਲੈ ਕੇ ਜਾਈ ਜਾਣਾ ਤਾਂ ਬਸ ਨੇੜੇ ਹੀ ਆ 2 ਕਿਲੋਮੀਟਰ ਦੇ ਆ ਅੱਜ ਸਾਡੇ ਇੱਥੇ ਪਿੰਡ ਮੇਲਾ ਲੱਗਾ ਹੋਇਆ ਵਾ ਸਾਡੇ ਮਹੱਲੇ ਵਿੱਚ ਕੱਪੜੇ ਕੁੱਪੜੇ ਜਾਂ ਹੋਰ ਕੋਈ ਭਾਂਡੇ ਟੀਂਡੇ ਸੇਲ 'ਤੇ ਹੋ ਜਾਂਦੇ ਆ ਉਹ ਥੋੜ੍ਹੇ ਸਸਤੇ ਮਿਲ ਜਾਂਦੇ ਆ ਅੱਜ ਤਾਂ ਕਰਕੇ ਰੱਛ ਜਿਹਾ ਪਿਆ ਵਾ ਇੱਥੇ ਸਮਾਨ ਸਮੂਨ ਸੁੱਟਣਾ ਆਪਾਂ ਗੱਲ ਏਦਾਂ ਹੋਈ ਆ ਇਹ ਕਹਿੰਦੇ ਅਸੀਂ ਰੱਖ ਨਹੀਂ ਸਕਦੇ ਇਹ 'ਚ ਪੇਂਟ ਆ ਹੁਣ ਹੋਰ ਪਾਸੇ ਗੱਲ ਕੀਤੀ ਸੀ ਜਿੱਥੇ ਪੇਂਟ ਪੂੰਟ ਮਿਲਦੇ ਆ ਤਾਂ ਬਣਦੇ ਆ ਨਾ ਉਹ ਕਹਿੰਦੇ ਅਸੀਂ ਹੋਏ ਯੂਸ ਹੋਇਆ ਪੇਂਟ ਨਹੀਂ ਲੈ ਸਕਦੇ ਨਾ ਅਤੇ ਮੈਂ ਕਿਹਾ ਅਸੀਂ ਕਿਹੜਾ ਤੁਹਾਨੂੰ ਕਹਿੰਦੇ ਤੁਸੀਂ ਵੇਚਣਾ ਗਾ ਹੈ ਨਾ ਤੁਸੀਂ ਜੇ ਸਿੱਟਣ ਨੂੰ ਹੈ ਨਾ ਕਹਿੰਦੇ ਨਹੀਂ ਅਸੀਂ ਇਹ ਕੰਮ ਨਹੀਂ ਕਰਦੇ ਹੈਗੇ ਹਾਂ ਅਤੇ ਤੁਸੀਂ ਹੋਰ ਪਾਸੇ ਫੋਨ ਕਰਕੇ ਪੁੱਛੋ ਉਹਨਾਂ ਨੇ ਇੱਕ ਨੰਬਰ ਦਿੱਤਾ ਹੋਇਆ ਵਾ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਨਹੀਂ ਤਾਂ ਫਿਰ ਜਿੱਥੇ ਕੂੜਾ ਸਿੱਟਦੇ ਹਾਂ ਉੱਥੇ ਮਸੈਟ 'ਤੇ ਬਾਲਟੀਆਂ ਰੱਖ ਜਾਣੀਆਂ ਹੁਣ ਗੰਦ ਥੋੜ੍ਹੀ ਕਿਆ ਰੱਖਣਾ ਹੈਗਾ ਵਾ ਚਲੋ ਹੋ ਗਈ ਇੱਦਾਂ ਉੱਥੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਸਿੱਟਾਂ ਨਹੀਂ ਦਿੱਤਾ ਹੈਗਾ ਨਾ ਕੋਈ ਹੋਰ ਕੋਈ ਬੰਦਾ ਫੋਨ ਚੱਕਦਾ ਵਾ ਅਤੇ ਸਮਝ ਨਹੀਂ ਆਉਂਦਾ ਕਿੱਥੇ ਸਿੱਟਾਂ ਕਿੱਥੇ ਨਹੀਂ ਉਹਨਾਂ ਹੁਣ ਗੱਡੀ 'ਚ ਵੀ ਪਤਾ ਨਹੀਂ ਕਿੰਨੇ ਚਿਰ ਦਾ ਪੇਂਟ ਹੈ ਕੈਮੀਕਲ ਹੀ ਹੁੰਦਾ ਪੇਂਟ ਵਿੱਚ ਅਤੇ ਹੁਣ ਮੈਂ ਇਹਨਾਂ ਨੂੰ ਕਿਹਾ ਮੈਂ ਤੂੰ ਇਹਨੂੰ ਰੋਂਦੀ ਪਈ ਸੀ ਮੈਂ ਤੂੰ ਇਹਨੂੰ ਲੈ ਕੇ ਜਾ ਕੋਠੇ 'ਤੇ ਮੈਂ ਕਿਤੇ ਦੇਖ ਕੇ ਆਉਂਦਾ ਅਤੇ ਕੁਛ ਨਹੀਂ ਮੈਨੂੰ ਮਿਲਿਆ ਹੁਣ ਮੈਂ ਗੱਡੀ ਬਸ ਖੜੀ ਕਰ ਦੇਣੀ ਆ ਹੁਣ ਦੇਖਦਾ ਹੁਣ ਉੱਪਰ ਜਾ ਕੇ ਨਾ ਜੇ ਕੋਈ ਵੈਬਸਾਈਟ ਕਿਸੇ ਦੀ ਖੋਲ੍ਹ ਕੇ ਦੇਖਦਾ ਵਾ ਜਿੱਥੇ ਕੂੜਾ ਕੂੜਾ ਸਿੱਟਦੇ ਆ ਨਾ ਜਿੱਥੇ ਪਿੰਡ ਪੁੰਡ ਸਿੱਟਦੇ ਆ ਜੇ ਉੱਥੇ ਕੋਈ ਗੱਲਬਾਤ ਬਣਦੀ ਹੋਵੇ ਅਤੇ ਫਿਰ ਹੁਣ ਉਹਨਾਂ ਦਾ ਨੰਬਰ ਲਾ ਕੇ ਦੇਖਦਾ ਵਾ ਔਖਾ ਯਾਰ ਇੱਦਾਂ ਗੱਲ ਹੋ ਗਈ ਇੱਦਾਂ ਹੁਣ ਕਿ ਫੋਨ ਕੀਤਾ ਸੀ ਉਹਨਾਂ ਨੂੰ ਉਹ ਕਹਿੰਦੇ ਕਿ ਤੁਸੀਂ ਸਿੱਟ ਨਹੀਂ ਸਕਦੇ ਆ ਰਾਹ 'ਚ ਵੀ ਤੁਹਾਨੂੰ ਫਾਈਨ ਚੰਗਾ ਹੋਊਗਾ ਇਸ ਤੋਂ ਬਿਹਤਰ ਆ ਤੁਸੀਂ ਕਿਸੇ ਏਜੰਸੀ ਵਾਲੇ ਨੂੰ ਫੋਨ ਕਰੋ ਉਹ ਘਰੋਂ ਚੱਕ ਕੇ ਤੁਹਾਡੇ ਲੈ ਜਾਊਗੇ ਅਤੇ ਫਿਰ ਉਹ ਕਹਿੰਦੇ ਫਰੀਸਕੋ ਵੀ ਥੋਣਾ ਚਾਹੀਦਾ ਠੰਡੀ ਜਗ੍ਹਾ ਦਾ ਰੰਗ ਨਹੀਂ ਤਾਂ ਅੱਗ ਫੜ ਸਕਦਾ ਰੰਗ ਤਾਂ ਹੁਣ ਗੱਡੀ ਵਿੱਚ ਆ ਗੱਡੀ ਧੁੱਪੇ ਖੜ੍ਹੀ ਆ ਹੁਣ ਮੈਂ ਗੈਰੇਜ 'ਚ ਗੱਡੀ ਖੜ੍ਹੀ ਕਰਕੇ ਆਉਂਦਾ ਜਾਂ ਨਹੀਂ ਤਾਂ ਮੈਂ ਪੇਂਟ ਛੱਡ ਕੇ ਆਉਂਦਾ ਥੱਲੇ ਜਾਂਦਾ ਜੀਰੋ ਵਿੱਚ ਔਖਾ ਵਾ
ਇੰਡੀਆ ਤਾਂ ਕੋਈ ਐਟਮ ਹੈ ਨਹੀਂ ਨਾ, ਜਿੱਥੇ ਮਰਜ਼ੀ ਇੱਧਰ ਕਰਦਾ ਜੋ ਮਰਜ਼ੀ ਕਰੋ। ਚਲੋ ਚੱਲਦਾ ਵਾ। ਪਿੱਛੇ ਵੀ ਖੁੱਲਾ ਹੀ ਛੱਡੀ ਰੱਖਦੇ ਆ, ਅੱਜ ਇਹ ਵੀ ਬੰਦ ਆ ਥੱਲੇ। ਹੁਣ ਇਹਨਾਂ ਨੂੰ ਵੇਖ ਕੇ ਮੈਂ ਕਿਹਾ ਥੱਲੇ ਆ ਕੇ ਚਾਬੀ ਫੜਾ ਕੇ ਜਾ, ਜਾਂ ਉੱਪਰੋਂ ਸਿੱਟ ਦੇ। ਅਤੇ ਕਹਿੰਦੇ ਮੈਂ ਚੱਲ ਖੋਲ ਨਹੀਂ ਆਉਂਦੀਆਂ ਹੁਣ। ਔਖਾ ਯਾਰ ਯਾਰ, ਛੁੱਟੀ ਸੀ ਮੈਂ ਲਾਹ ਤੱਕਿਆ ਸੀ, ਮੈਂ ਕਿਹਾ ਅੱਜ ਸਾਰੇ ਕੰਮ ਲਪੇਟ ਲੈਣੇ ਆ। ਜੇ ਹਿਸਾਬ ਨਾਲ 10-11 ਵੱਜ ਗਏ ਆ, ਕੁਛ ਨਹੀਂ ਹਲੇ ਕੀਤਾ ਹੈਗਾ। ਇਹਨਾਂ ਕੋਲ ਸ਼ਟਰ ਹੀ ਨਹੀਂ ਚੈੱਕ ਹੁੰਦਾ। Lo mettiamo qua, andà fuori, senza che mettiamo dentro, lo mettiamo qua. Come passa? Gente, mica devi passare da sopra, mettiamo qua. Tu vai, tu perché hai aperto questo? Lascio qua a posto. Vai sopra te. Camera mi rapata fuori. ਇੱਥੇ ਲਾਤਾ ਰੰਗ, ਕਿਉਂਕਿ ਅੰਦਰ ਨਹੀਂ ਗਰਾਜ 'ਚ ਰੱਖਣਾ ਹੈਗਾ ਵਾ। ਇੱਥੇ ਸਹੀ ਆ, ਜਦੋਂ ਉਹ ਆਊਗੇ ਇੱਥੋਂ ਖੋਲਾਂਗੇ ਇਹਨੂੰ ਤਾਂ ਇੱਥੋਂ ਚੱਕ ਕੇ ਲੈ ਜਾਓਗੇ ਜ਼ਰੂਰੀ। ਉਹ ਖੋਲਣਾ ਖੋਲਣਾ ਆ, ਇਹ ਬਾਲਟੀਆਂ ਵਾ। ਅਤੇ ਹੁਣ ਚੱਲਦੇ ਹਾਂ, ਫਿਰ ਦੇਖਦੇ ਹਾਂ, ਜੇ ਚੁੱਪ ਹੋਈ ਤਾਂ ਸਹੀ ਆ, ਨਹੀਂ ਤਾਂ ਫਿਰ ਕੁਛ ਨਹੀਂ ਕਰਨਾ। ਅੱਜ ਮਲਿਸਾ ਕਹਿੰਦੀ ਇਹਨੂੰ ਨੀਂਦ ਆਈ ਆ, ਅਤੇ ਜਿਹੜਾ ਮੋਮ ਜਾਮਾ ਇਹਨੂੰ ਲਾਉਣਾ ਨਹੀਂ ਆ ਗੱਡੀ ਵਿੱਚੋਂ, ਕਿਉਂਕਿ ਟੈਲਾ ਟੂਲਾ ਉਹਨਾਂ ਵੀ ਛੱਡ ਕੇ ਆਉਣੀਆਂ ਵਾ, ਜੇ ਟੁੱਟੀ ਭੱਜੀਆਂ ਵਾ ਅਤੇ ਉਹਨਾਂ ਵੀ ਸੀਟਾਂ ਗੰਦੀਆਂ ਨਾ ਹੋਵੇ ਨਾ ਪਿੱਛੋਂ। ਚਲੀਏ ਹੁਣ ਗੱਡੀ ਲਾਈ ਉੱਪਰ ਅਤੇ ਹੱਥ ਮੂੰਹ ਧੋਵਾਂ, ਯਾਰ ਗਰਮੀ ਬਹੁਤ ਆ। ਮਿਲਦੇ ਹਾਂ ਜੀ ਬਾਅਦ ਵਿੱਚ, ਜਦੋਂ ਹੋਰ ਕੋਈ ਕੰਮ ਕਰਾਂਗੇ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਦੇਵਾਂਗੇ। ਹੁਣ ਤਾਂ ਹੱਥ ਧੋਈਏ ਜਾ ਕੇ, ਦੇਖੀਏ ਰੋਂਦੀ ਆ ਤਾਂ ਉਹਨੂੰ ਚੁੱਪ ਕਰਾਈਏ। ਮਾਣ ਕੇ ਸੋਵੇ ਨਾ, ਦੇਖਦਾ ਕਿਸੇ ਇਹਨਾਂ ਦੀ ਸਹੇਲੀ ਨੂੰ ਫੋਨ ਕਰਕੇ ਆਉਣਾ, ਜੇ ਉਹ ਆ ਗਏ ਇਹਨੂੰ 1-2 ਘੰਟੇ ਦੇਖ ਸਕਦੀ ਆ, ਅਤੇ ਅਸੀਂ ਜਿਹੜੀਆਂ ਟੈਲਾਂ ਉਹ ਸਿੱਟੇ ਆਈਏ। ਨਹੀਂ ਤਾਂ ਫਿਰ ਔਖਾ, ਕਿਉਂਕਿ ਉੱਧਰ ਅਨਕੋਨੇ ਨੂੰ ਵੀ ਜਾਣਾ ਵਾ। ਅੱਜ ਏਸੀ ਦੀ ਗੱਲ ਫਾਈਨਲ ਕਰ ਹੀ ਜਾਣੀ ਆ, ਬਾਕੀ ਟਾਈਮ ਨਾ ਖਰਾਬ ਕਰਦੇ ਹਾਂ। ਚਲੀਏ ਫਿਰ ਉੱਤੇ ਨੂੰ, ਟਕਾ ਨਹੀਂ ਆ ਰਿਹਾ ਸਾਨੂੰ। ਚੁੱਪ ਚੁੱਪ ਹੋ ਗਈ ਹੁਣ ਮਿੱਠੇ ਸਾਡੀ ਦੁਆਰ 'ਤੇ, ਫਿਰ ਅਸੀਂ ਜਾ ਰਹੇ ਹਾਂ ਨਵੇਂ ਘਰ। ਅਤੇ ਜਿਹੜੀਆਂ ਟੈਲਾ ਟੂਲਾ ਸੀ ਨਾ, ਅਤੇ ਉਹ ਸਿੱਟ ਸਕਦੇ ਹਾਂ, ਅਤੇ ਉਹ ਸਿੱਟ ਕੇ ਆਵਾਂ। ਮੈਂ ਕਿਹਾ ਕੁਛ ਨਾ ਕੁਛ ਤਾਂ ਕਰੀਏ ਯਾਰ, ਵਿਹਲੇ ਬੈਠੇ ਹਾਂ ਘਰ। ਅਤੇ ਉਸ ਤੋਂ ਬਾਅਦ ਜਾਵਾਂਗੇ ਅਨਕੋਨੇ ਅਨਕੋਨੇ। ਐਵੇਂ ਹੁਣ ਸ਼ਾਂਤ ਆ, ਹੁਣ ਨਹੀਂ ਰੋਣਾ ਅਭੀ ਤੋਂ। ਉਹ ਕਹਿੰਦੀ ਤੂੰ ਐਵੇਂ ਬੋਲੀ ਜਾਂਦਾ ਬਾਬੂ, ਮੈਂ ਰੋਣ ਦੀ ਉਮਰ ਹੀ ਹੈ ਮੇਰੀ। ਹੁਣ ਤਾਂ ਸ਼ਾਂਤੀ ਆ ਮਿੱਠੋ, ਸ਼ਾਂਤ ਆ ਨਾ, ਇੱਦਾਂ ਹੀ ਰਹਿਣਾ ਸ਼ਾਂਤ ਪੁੱਤ ਮੇਰੇ, ਕੰਮ ਕਰ ਲੈਂਦੇ ਅਸੀਂ ਸਾਨੂੰ। ਬਾਕੀ ਚਲੋ ਟੈਲਾ ਟੁੱਲਾ ਦਾ ਤਾਂ ਕੰਮ ਕਰੀਏ, ਬਾਕੀ ਫਿਰ ਦੇਖੀ ਜਾਵਾਂਗੇ ਹੈ ਨਾ। ਰੰਗ ਰੁੰਗ ਦਾ ਹੁਣ ਕਿੰਨੇ ਜਣੇ ਨੂੰ ਫੋਨ ਕੀਤਾ ਵਾ, ਉਹ ਪੈਸੇ ਮੰਗਦੇ ਆ ਕਿ ਪੈਸੇ ਮਾਮਾ ਕੂੜਾ ਸਿੱਟਣ ਦੇ ਵੀ ਪੈਸੇ। ਜਿਹੜੇ ਪਹਿਲੇ ਮਕਾਨ ਦੇ ਮਾਲਕ ਨਾ, ਉਹਨਾਂ ਨੂੰ ਕਿਹਾ ਹੋਇਆ ਵਾ, ਏਜੰਸੀ ਰਾਹੀਂ ਮੈਸੇਜ ਮਾਰਿਆ ਹੋਇਆ ਵਾ ਕਿ ਇਹ ਸਾਡਾ ਖਰਚਾ ਨਹੀਂ ਹੈਗਾ ਵਾ ਨਾ, ਸਾਨੂੰ ਘਰ ਖਾਲੀ ਚਾਹੀਦਾ ਸੀ, ਇਹ ਤੁਹਾਡੀ ਜ਼ਿੰਮੇਵਾਰੀ ਆ, ਹੁਣ ਜੇ ਪੈਸੇ ਲੱਗੇ ਤਾਂ ਪੈਸੇ ਤੁਸੀਂ ਦੇਣੇ ਆ ਨਾ। ਅਤੇ ਉਹ 400-500 ਯੂਰੋ ਮੰਗਦੇ ਏਜੰਸੀ ਵਾਲੇ, ਜਿਹੜੇ ਕਹਿੰਦੇ ਅਸੀਂ ਪੇਂਟ ਤੁਹਾਡੇ ਇੱਥੋਂ ਕਰਵਾ ਕੇ ਲੈ ਜਾਵਾਂਗੇ। 4 ਬਾਲਟੀਆਂ ਵਾ, ਪਤਾ ਨਹੀਂ ਕਿਉਂਕਿ ਇਹ ਕੈਮੀਕਲ ਵਾਲੀਆਂ ਚੀਜ਼ਾਂ ਨੇ, ਆਪਾਂ ਨਹੀਂ ਰੋਡ 'ਤੇ ਸਿੱਟ ਸਕਦੇ ਹਾਂ ਨਾ, ਹੋਰ ਪਾਸੇ ਸਿੱਟ ਸਕਦੇ ਹਾਂ, ਇਹ ਸਿਰਫ ਉਹਨਾਂ ਨੇ ਆਪ ਹੀ ਪਤਾ ਨਹੀਂ ਕੀ ਚੱਕਰ ਹੈ ਨਾ। ਅਤੇ ਫਿਰ ਮੈਂ ਕਿਹਾ ਜੇ ਪੈਸੇ ਵਾਲਾ ਕੰਮ ਆ ਤਾਂ ਫਿਰ ਉਹਨੂੰ ਏਜੰਸੀ ਵਾਲੇ ਮੁੰਡੇ ਨੂੰ ਫੋਨ ਮਾਰ ਕਿ ਮਾਲਕ ਨੂੰ ਕਹੋ ਤੁਸੀਂ ਆਪਣੇ ਘਰ ਰੱਖੋ, ਜਾਂ ਜਿੱਥੇ ਸਿੱਟਣਾ ਜਿੱਥੇ ਮਰਜ਼ੀ ਸਿੱਟੋ ਹੈ ਨਾ। ਜੇ ਕਹਿੰਦੇ ਹਾਂ ਕਿ ਤੁਸੀਂ ਸਿੱਟ ਦਿਓ ਪੈਸੇ ਅਸੀਂ ਦੇਵਾਂਗੇ, ਫਿਰ ਕੋਈ ਚੱਕਰ ਨਹੀਂ ਆ, 500 ਯੂਰੋ ਘੱਟ ਨਹੀਂ ਆ ਨਾ। ਅਤੇ ਬਾਕੀ ਫਿਰ ਉਹ ਤਾਂ ਅਸੀਂ ਆਪਣੇ ਘਰ ਹੀ ਰੱਖਿਆ ਹੋਇਆ ਵਾ ਹੁਣ, ਅਤੇ ਬਾਅਦ ਦੀ ਗੱਲ ਆ ਨਾ ਉਹ। ਅਤੇ ਬਾਕੀ ਹੁਣ ਫਿਰ ਜਿਹੜਾ ਸਮਾਨ ਸਿੱਟਣ ਵਾਲਾ ਵੇ ਸਿੱਟੀਏ ਨਾ, ਮਾੜੀ ਸਾਫ਼ ਸੁਥਰੀ ਕਰੀਏ ਨਾ ਗੈਰੇਜ, ਤਾਂ ਜਿਹੜਾ ਬੰਦਾ ਆਪਣਾ ਸਮਾਨ ਸਮੂਨ ਰੱਖਣ ਵਾਲਾ ਬੰਦਾ ਨਾ, ਅਤੇ ਬਾਹਰ ਵੀ ਥੋੜ੍ਹਾ ਜਿਹਾ ਪੇਂਟ ਕਰਨ ਵਾਲਾ ਸੈੱਟ ਆਈ ਗਿਆ, ਅਤੇ ਹਾਂ ਜਿੱਥੇ ਬਾਲਟੀਆਂ ਬੁਲਟੀਆਂ ਬਾਹਰ ਰੱਖੀਆਂ ਹੋਈਆਂ ਨਾ ਅਸੀਂ,
ਅਤਰਾਈ ਜਾਈ ਆ, ਉੱਥੇ ਵੀ ਸਾਡਾ ਤੇ ਪੇਂਟ ਕਰਨ ਵਾਲਾ ਵਾ, ਉੱਥੇ ਵੀ ਜੱਸੀ ਦਾ ਮੈਸੇਜ ਉਹਨਾਂ ਨੇ ਮਿਲ ਕੇ ਕਰ ਦੇਣਾ ਵਾ, ਫੱਟੇ ਚੱਕ ਜਾਣੇ ਆ। ਇੱਕ ਵਾਰ ਫਿਰ ਪੇਂਟ ਲੈ ਕੇ ਜਾਣਾ ਹੁਣ ਨਵੇਂ ਘਰ, ਅਤੇ ਉੱਥੇ ਫਿਰ ਏਜੰਸੀ ਵਾਲਿਆਂ ਨੇ ਗੱਲ ਕੀਤੀ ਆ, ਕਹਿੰਦਾ ਤੁਸੀਂ ਇੱਥੇ ਰੱਖ ਲਓ ਅਤੇ ਬਾਕੀ ਮੇਰੀ ਟੈਨਸ਼ਨ ਆ ਮੈਂ ਕੀ ਕਰਨਾ ਕੀ ਨਹੀਂ ਹੈ ਨਾ, ਕਹਿੰਦਾ ਤੁਸੀਂ ਟੈਨਸ਼ਨ ਫਰੀ ਰਹੋ। ਇਹ ਥੋੜ੍ਹੇ ਜਿਹੇ ਬਲਬ ਖਰੀਦੇ ਹੋਏ ਸੀ ਉੱਧਰ ਪੌੜੀਆਂ 'ਚ ਲਾਉਣ ਨੂੰ, ਅਤੇ ਹੁਣ ਮਨੀਸ਼ ਆਉਣ ਲੱਗਾ ਵਾ ਤਾਂ ਫਿਰ ਉਹ ਮੇਰੇ ਨਾਲ ਹੈਲਪ ਕਰਾਊਗਾ। ਮੈਂ ਜਦ ਤੱਕ ਮੈਂ ਖੋਲ ਦਵਾਂ ਗੈਰ ਖੁੱਲ੍ਹਾ ਹੀ ਗਿਆ, ਮੈਂ ਇਹ ਥੱਲੇ ਨੂੰ ਆਇਆ, ਹੁਣ ਜਾਂਦਾ ਗੱਡੀ ਲੈ ਕੇ ਪੇਂਟ ਪੁੰਟ ਪਿੱਛੇ ਲੋਡ ਕਰ ਲੈਂਦਾ ਵਾ, ਅਤੇ ਜਦੋਂ ਮਨੀਸ਼ ਆਊਗਾ ਤਾਂ ਤੁਹਾਨੂੰ ਕਹਿਣਾ ਬੈਠ ਪਏ ਸਾਈਡ 'ਤੇ ਚਲੀ ਗਏ। ਫਿਰ ਦੇਖਦਾ ਦੇਖਦਾ ਕਾਣਾ ਜਿਹਾ ਭੋਲੇ ਦਾ ਟਰੱਕ ਲੈਣ ਆਏ ਹੋਏ ਆ ਆਪਾਂ। ਭੋਲੇ ਉਹਨੂੰ ਪਤਾ ਨੀ ਬਲੌਗ ਬਣਦਾ ਪਿਆ, ਲੱਕ ਦੇ ਕਿੱਦਾਂ ਘੁਮਾਇਆ। ਮਨੀਸ਼ ਹੁਣ ਆਈਫੋਨ 3 ਦੀ ਸੀ ਦਿਖਾ ਰਿਹਾ ਨਾ, ਕਿਹੜਾ ਭਰਾ ਪਤਾ ਨੀ ਯਾਰ, ਪ੍ਰੋ ਆ ਨਾ, ਕਿੰਨੇ ਦਾ ਲਿੱਤਾ 1300 ਦਾ ਜਾਂ 1200 ਦਾ, ਇਹਦਾ ਮਤਲਬ 1200। ਮੈਂ ਬਲੌਗ ਬਣਾ ਰਿਹਾ, ਪਤੰਦਰ ਆਏ ਕੀ ਕਰੀ ਜਾਂਦਾ। ਬੋਲੇ ਯਾਰ ਆਏ ਆਏ ਆਏ, ਬੋਲੇ ਕੱਢ ਲੈ ਗੱਡੀ ਆਪਣੀ ਬਾਹਰ ਹੁਣ, ਭੋਲਾ ਭਰਾ ਮੇਰਾ ਟਰੱਕ ਡਰਾਈਵਰ ਭਰਾ ਮੇਰਾ, ਵਧਾਈਆਂ ਨਾਲੇ ਟਰੱਕ ਦੇ ਮੁੰਡਾ ਚੜ੍ਹ ਗਿਆ, ਵਧਾਈਆਂ ਦੋ ਯਾਰ। ਇੰਜੀਨੀਅਰ ਭੋਲਾ ਸਾਹਿਬ ਨੇ ਆਈਡੀਆ ਦਿੱਤਾ ਹੈ, ਭੋਲਿਆ ਲੋਡ ਕਰ ਲਿਆ ਸਾਰਾ ਕੁਛ ਇੱਥੇ। ਤੂੰ ਛੱਡ ਗਾਣ ਲਾ ਗੱਡੀ ਇੱਥੇ ਬਲੌਗ 'ਚ, ਨਾ ਕਹਿੰਦਾ ਇੱਥੇ ਸਾਰੇ ਪੈਸੇ ਪੂਰੇ ਕਰ ਲੈਂਦਾ ਬਲੌਗ ਬਣਾਉਣ 'ਚ, ਕਹਿੰਦਾ ਜਿੰਨਾ ਖਰਚਾ ਕਰਦਾ ਪਿਆ। ਸਹੀ ਗੱਲ ਆ, ਮੇਰੇ ਵਿਊ ਹੀ ਨਹੀਂ ਆ ਜਾਂਦੇ, ਸਾਰੇ ਪੈਸੇ ਇੱਥੋਂ ਹੀ ਕੱਢਦਾ ਮੈਂ ਭਰਾਵਾ। ਡਰਾਈਵਰ ਦੇਖੋ ਤਾਂ ਥੋੜੀ ਗੱਡੀ ਖਰਾਬ ਹੋ ਗਈ ਸੀ ਅੰਦਰੋਂ ਤਾਂ ਮਿੱਟੀ ਮਿੱਟੀ, ਤੇ ਮੁੜ ਕੇ ਫਿਰ ਅਸੀਂ ਭੋਲੇ ਦੀ ਗੱਡੀ ਵਿੱਚ ਸਾਰਾ ਸਮਾਨ ਸੁੱਟਤਾ ਸੀ। ਉਹਦੇ ਕੋਲ ਵੱਡੀ ਗੱਡੀ ਆ ਤੇ ਕੈਂਪਰ ਟਾਈਪ, ਪਰ ਉਹਨੇ ਉਹਦੇ ਵਿੱਚ ਪਾ ਦਿੱਤਾ, ਤੇ ਹੁਣ ਮੈਂ ਚੱਲ ਗੱਡੀ ਵੀ ਧੋ ਲਾਂਦੇ ਅੰਦਰੋਂ ਬਾਹਰੋਂ। ਹੁਣ ਮਨੀਸ਼ ਡਾਉਣ ਲੱਗਾ ਹੋਇਆ, ਇੱਧਰ ਕਵਰ ਕੁਵਰ ਧੋ ਗਏ, ਇੱਥੇ ਸੁੱਕਣੇ ਪਏ ਹੋਏ ਆ, ਸਮਾਨ ਕੱਢਤਾ। ਮਨੀਸ਼ ਕਾਕਾ ਲੱਗਾ ਹੋਇਆ, ਕਿਵੇਂ ਹੌਲੀ ਆਉਂਦਾ ਨਾ ਇਹਦਾ, ਕਿਵੇਂ ਹੌਲੀ ਹੌਲੀ ਆਉਂਦਾ, ਪਰ ਇੰਨਾ ਤੇਜ਼ ਪ੍ਰੈਸ਼ਰ ਨਹੀਂ ਹੈਗਾ। ਮੈਨੂੰ ਇੱਕਦਮ ਤਿੱਖਾ ਜਿਹਾ ਪ੍ਰੈਸ਼ਰ ਪਵੇ ਨਾ, ਇੱਕਦਮ ਚੰਗੀ ਤਰ੍ਹਾਂ ਮਿੱਟੀ ਸਾਰੀ ਨਿਕਲ ਜਾਵੇ। ਉਹਨੂੰ ਆਹ ਹੋਣਾ, ਦੂਜੀ ਜਤੋਣੀ ਪਾਊਗੀ ਤਾਂ ਹੀ ਪੈਰਾਂ 'ਚ ਮਾਰ ਜਾਂਗੀ ਤੇਰਾ ਭਰਾ। ਹੋ ਗਈ ਚਮਕ ਗਈ ਹੁਣ ਬਿਲਕੁਲ, ਹੈਂ ਮਾਮਾ ਹੁਣ ਨਿਖਰ ਗਈ ਉੱਦਾਂ, ਚਿਹਰਾ ਜਿਹਾ ਮਾਰੇ ਸ਼ਾਈਨ ਜਿਹੀ ਆ ਗਈ ਉਹਨਾਂ। ਇੱਥੇ ਕੋਈ ਪ੍ਰੋਡਕਟ ਹੈਗਾ ਜਿਹੜਾ ਡੈਸ਼ਬੋਰਡ 'ਤੇ ਸਾਫ਼ ਕਰਨ ਨੂੰ, ਨਹੀਂ ਤਾਂ ਮੈਂ ਘਰ ਜਾ ਕੇ ਸਾਫ਼ ਕਰੂੰਗਾ, ਘਰ ਹੈਗਾ ਸਮਾਨ ਸਾਰਾ। ਚਲੀ ਗਿਆ ਫਿਰ ਨਵੇਂ ਘਰ ਪਹੁੰਚ ਗਿਆ, ਤਾਂ ਇੱਥੇ ਹੁਣ ਪਹਿਲਾਂ ਲਾ ਕੇ ਖੜਿਆ ਵਾ, ਤਾਂ ਮੈਂ ਇਹਨਾਂ ਨੂੰ ਕਹਾਂਗਾ ਤੁਸੀਂ ਰੁਕੋ। ਇਹਨਾਂ ਨੂੰ ਮੈਂ ਘਰੋਂ ਲੈ ਕੇ ਆਇਆ ਕਿਉਂਕਿ ਇਹਨੂੰ ਚੱਕ ਕੇ ਲੈ ਕੇ ਆਉਂਦਾ ਇਹਨਾਂ ਨੇ, ਫਿਰ ਪਿੱਛੇ ਬਹਿ ਗਏ ਸੀ ਇਹਨੂੰ ਚੱਕ ਕੇ। ਜਿਹੜੀ ਇਹਦੀ ਸੀਟ ਆ ਨਾ ਨਿਆਣੇ ਵਾਲੀ, ਉਹ ਥੱਲੇ ਪਈ ਹੈ, ਜਦੋਂ ਸਮਾਨ ਸਮੂਨ ਮੈਂ ਇੱਧਰ ਸੁੱਟਣ ਗਿਆ ਸੀ ਨਾ ਤਾਂ ਮੈਂ ਕੱਢ ਦਿੱਤੀ ਸੀ, ਅਤੇ ਚੱਕ ਹੀ ਹੈ ਨਾ ਹਾਂ ਜੀ। ਇਹ ਸਾਰਾ ਸਮਾਨ ਨੂੰ ਸਾਫ਼ ਸੂਫ ਕਰਕੇ ਨਾ ਗੈਰੇਜ 'ਚ ਟਿਕਾਵਾਂਗੇ, ਹੁਣ ਤੁਹਾਨੂੰ ਦਿਖਾਉਂਦੇ ਹਾਂ। ਵੈਸੇ ਤਾਂ ਉੱਥੋਂ ਹੀ ਪਤਾ ਲੱਗਦਾ ਵਾ ਤਾਕੀ ਤੋਂ ਸਾਫ਼ ਸਫਾਈ ਚੰਗੀ ਕੀਤੀ ਹੋਈ ਆ। ਇੱਕ ਬਲਬ ਇੱਥੇ ਲਾਤਾ ਅਤੇ ਦੂਜਾ ਹੁਣ ਮੈਂ ਲੈ ਕੇ ਜਾਂਦਾ ਜਿਹੜਾ ਉੱਪਰ ਲਾਉਣਾ ਵਾ, ਹੈ ਨਾ, ਅਤੇ ਹੁਣ ਤੱਕ ਤਾਂ ਸੁੱਕ ਗਿਆ ਹੋਣਾ, ਉਹਨੇ ਪਹਿਲਾਂ ਗਿਆ ਸੀ। ਚਮਕ ਤੋਂ ਹੀ ਪਤਾ ਲੱਗ ਜਾਂਦਾ ਮੈਂ ਖੁਸ਼ਬੂ ਪਹਿਲਾਂ ਜਦੋਂ ਅੰਦਰ ਵੜਦੇ ਹੁੰਦੇ ਸੀ ਨਾ ਮੁਸ਼ਕ ਹੀ ਜਾਂਦਾ ਹੁੰਦਾ ਸੀ, ਅਤੇ ਹੁਣ ਖੁਸ਼ਬੂ ਆ ਰਹੀ ਆ। ਅਤੇ ਉਹਦਾ ਇੱਧਰ ਵੀ ਹੋ ਗਿਆ ਸਾਫ਼, ਹੋ ਹੋ ਦੱਸ ਨਹੀਂ ਸਕਦਾ ਮੈਂ ਕਿੰਨਾ ਸਾਫ਼ ਲੱਗਦਾ। ਮੈਂ ਫਲੈਸ਼ ਔਨ ਕਰਦਾ ਇਹਦੀ ਕੈਮਰੇ ਦੀ, ਹੁਣ ਦੇਖਦੇ ਹਾਂ ਫਲੈਸ਼ ਲਾ ਕੇ।
तो बालकोनी देख के आनी है। ओए ये तो चलो माड़े मोटे तो रहनी है क्योंकि सूरज ना खराब हो ना वैसे ताकिया नुकियां इतों पता लगता देखो पहला मिट्टी मिट्टी थी चमका हाथी फिर मित्रा तो जोड़ा भूडा का कखर लगा हुआ से तो वो देखना वा बाकी बाथरूम देख लीए बाथरूम बिना लैट तो चमक ही जाता इतने हम बल्ब बुल्ब देख के लावे चको जी हत करा छी जे चटा आंटी टॉयलेट सीट भी तो गई है तो सारा कुछ एकदम क्लीयर साफ सुथरा दूचा भी साफ करके गए हुए हैं अन्ना बार तक उम्मीद लूची तो सब पानी बार तक कुछ तो उम्मीद ना हो पूरे को इतने साड़ी मिठू बनाया करूगी बस वो चीज़ आई चेंज करा नहीं सकते उत्ते मैं सोचता अच्छे स्प्रे स्प्रू मार के ना क्रोम वह भी लशका देना वा बुरू तो बैल प्लीज आ बेशक पैसे थोड़े ज्यादा लग गए हैं पर निखार आ गया है मिठू कि लगे तेन कर दे रहा छोना 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 मेरे मिठू का टुटी गल मैं उधर भी दिखाना ये तो बस ना दिने आके फिर बता देख माड़ा वा तो उन्हें कोई प्रोडक्ट मारिया होया इतने तो उन्हें कहा इन छेती अंदर आई होना सुकन टाइम लगना पर असि आई गए चलो कोई चक्कर ही नहीं है बाकी देख लीजिए ना ये तो हम सवेरे एक बार फिर मैं आऊँगा तो सवेरे फिर मैं क्लीयर क्लीयर देखूंगा कि कोई कमी रही है काम में है ना बाकी हम लैटर लूटा ऑर्डर करनी है लैटर लूटा एक बार लग गई हैं ये तो आते ही आ भी उन्हें साफ करते हैं इतनी मिट्टी मिट्टी बहुत वजी थी जो उन्होंने हाथ लाओ ना खुश खुश हो जाए हम बीतो बड़े फॉरी ना हाँ सही है साफ करते आहो आहो रह गया पर कुदा जहा रह गया उतो सी हूँ इतने गंदी गंदी है सी तो इतो गेड़ी कड़ लेनी इधर और सोई का शटर की चकना लने गया क्या इतने जो सूरज पैंता सी ना वो लाइट करके थोड़ा का हो गया वा इतने वो मैं कह के गया क्या एक प्रोडक्ट आता वा तो उन्हें कहता साफ हो जाना वा चलो ये जो सी नवा लग जाना तो आप भी मोटर भी चेंज हो जानी अपनी यार सोई दे भी करते साफ इतने ना स्प्रे लैके आऊँगा थोड़ी कि जिन्ना है ना चमक जी आ जाए ना तो वैसे तो कंध कड़ दिता बंदा जो घर आ जाता है ना तो फिर जो आप बंदा साफ सफाई करता वा रोज़ ही रोज़ है ना फिर ज़्यादा साफ सूफ हो जाना है ना वैसे जो मेन सी गंद निकल गया बस हम टाके टुके बंद कर देंगे ऑन कर देना कि हवा हवा रस्ता भी बच गया ना नशा कुछ बस वो थोड़ा का हो गया सी जिदा मैं पहला दिखाया सी एक कल पेंट में सैट कर देना वा चल गलती उम्री भी नहीं है मिस्त्री भी आ पूरा अटैच थोड़ी करना चाहिए सी इन्होंने वो सिमट के ना कि बंद ने चेंज चूंज करना ना बाकी एक नंबर काम पिछको सो लूची दो लीशो हाँ ये तो लगता जी तो पता नहीं टैला नवी लगिया सारिया उन्होंने आ सारिया साफ कीतिया पहला तो मैं जिदा का है ना साफ सुथरा मैं नहीं हथ ला सकता सी हूँ मैं लम्मा पैके दिखा देना तुम आहो आ भी सारे बटन बुटन हूँ मैं इतने मड़ गया हथ ना दूजा अपने की कहते होंगे जोड़े ये सुचा प्लग प्लुग आना ये ला दवा नहीं तो माँ घिसते मेतिया मैं सौ पूरे मेतो दुमानी बंदो बेंगो है ना हूँ असं चलीए हूँ prossima lavoro dobbiamo fare questo dobbiamo togliere tutte queste da comprare e te poi hai un washing machine la monto vola che cade mai non va ma ah ora la che da cara
आहो थोड़े थोड़े आने आप छाने की हवा हुआ फिर रवे है ना तो थोड़ी थोड़िया थोड़िया मोड़िया जी ऑन कर देनी बस एदा हवा हुआ फिर रहूंगी ना क्वा कस दे अच्छा भाजी इधर भी कांड करके गए ने इधर भी तो इधर ही छड़ते पूरे पानी लाशों पा बैर तो शटर थोड़ा जा हवा हवा क्रॉस हो जाएगी है ना ਵਿਆਮ ਵਿਆਮ ਵੀ ਆ ਪੂਪਾ ਹਾਂ ਆ ਕਰੋਂ ਪਾ ਹਾਂ ਥੋੜ੍ਹੇ ਥੋੜ੍ਹੇ ਚੱਕਣੇ ਆ ਕੱਲੂ ਆ ਗਏ ਆਪਾਂ ਬਟਨ ਬੁਟਨ ਲਾ ਦੇਣੇ ਆ ਜਿਹੜੇ ਇਹਦੇ कवर करने उत्ते होंगे इन्हें भी थोड़ा खोल दिता है ना हूँ कोई आगे घर देखेगा तो हूँ अत्ती कराई हुई है नशा मसलूम पो इधर अपने रसोई इधर लाइट है नहीं है इधर लावे बिलो बिलो लावे वजिए तो वजिए झूंबर वाले है ना तेरे नींद आई होने ना मिठू मेरे को चलिए हम फिर आप घर मेरे पूरे कुछ तुम बोली तो हाँ वो बाकी जेड़ा उन्हें कखर जहा बल्ब लाया वा तो उन्हें वो वास्ते सिर्फ पाँ यूरो सोलो फिर कोई प्लेस चुनता है व्यू ना आहो जी इतने बहर तक है ना वह भी उन्हें साफ की करके उन्हें 50 रुपये वादे दिते हैं बाकी आला बल्ब उत्ते ला लवा हूँ फिर अज की वीडियो आप इतने बंद कर दे बहुत वड्डी हो गई होनी है हम तो एडिट करके पता लगेगा 20-25 मिनट का ब्लॉग बन जाना तुम्हें पूरा देखना वा तो फिर लाइक कमेंट शेयर बाकी उस बाद हौली हौली अपडेट ले जावे नवे ब्लॉग आई जाने बस तुम फॉलो सबसक्राइब जरूर करियो इंस्टाग्राम से फॉलो करियो यूट्यूब सबसक्राइब करियो लाइक कमेंट शेयर करियो बाकी फिर मित्रों चंगा जी चलते ओके जी बाय।